ਕ੍ਰਿਸ਼ਨ ਚੰਦਰ ਦਾ ਨਾਵਲ ਹੈ ਗੱਦਾਰ ਅੰਗ ਤੀਸਰਾ ਨਾਰੋਵਾਲ ਤੋਂ ਹੋ ਕੇ ਮੈਂ ਸਟੇਸ਼ਨ ਦਰਬਾਰ ਸਾਹਿਬ ਕਰਤਾਰਪੁਰ ਉਤਰੇ ਸਟੇਸ਼ਨ ਦਰਬਾਰ ਸਾਹਿਬ ਕਰਤਾਰਪੁਰ ਤੋਂ ਕੋਟਲੀ ਸੂਧਕਾਂ ਡੇਡ ਨੂੰ ਮਿਲਦੇ ਫਾਸਲੇ ਤੇ ਹੈ ਇੱਥੋਂ ਮੈਂ ਪੈਦਲ ਆਪਣੇ ਪਿੰਡ ਨੂੰ ਹੋ ਲਿਆ ਗੰਨੇ ਦੀ ਫਸਲ ਦੇ ਦਿਨ ਸਨ ਚਾਰੇ ਪਾਸੇ ਹਰੇ ਭਰੇ ਖੇਤ ਨਜ਼ਰ ਆ ਰਹੇ ਸਨ ਰੁੱਖਾਂ ਦੀ ਛਾਂ ਹੇਠ ਪਸ਼ੂ ਨੀਵੀਆਂ ਪਾਈ ਬੈਠੇ ਸਨ ਜਾਂ ਘਾੜ ਚੱਲ ਰਹੇ ਸਨ ਦੂਰ ਦਿਸ ਹੱਦੇ ਤੋਂ ਸਿਰ ਕੱਢ ਰਏ ਪਰਛਾਵਿਆਂ 'ਚ ਸੂਰਜ ਅਸਤ ਹੋ ਰਿਹਾ ਸੀ ਤੇ ਦੂਰ ਕਿਸੇ ਜੱਟ ਦਾ ਗੀਤ ਗੂੰਜ ਰਿਹਾ ਸੀ ਕੋਈ ਹੋਰ ਮੌਕਾ ਹੁੰਦਾ ਤਾਂ ਮੈਨੂੰ ਇਹ ਸਭ ਕੁਝ ਭਲਾ ਮਹਿਸੂਸ ਹੁੰਦਾ ਪਰ ਮੇਰੇ ਕੱਪੜੇ ਗੰਦੇ ਮੈਲੇ ਕਚਲੇ ਤੇ ਪਾਟੇ ਸਨ ਮੇਰੀ ਦਾੜੀ ਵਧੀ ਹੋਈ ਸੀ ਤੇ ਮੇਰੇ ਦਿਮਾਗ 'ਚ ਇੱਕ ਅੱਗ ਜੀ ਲੱਗੀ ਹੋਈ ਸੀ ਇਸ ਲਈ ਮੈਨੂੰ ਕੁਝ ਵੀ ਚੰਗਾ ਨਾ ਲੱਗਿਆ ਇਹ ਹਰੀਆਂ ਭਰੀਆਂ ਖੇਤੀਆਂ ਹਰ ਮੋੜ ਤੇ ਮੈਨੂੰ ਹਮਲਾਵਰਾਂ ਦੇ ਗੜ ਵਰਗੀਆਂ ਲੱਗਦੀਆਂ ਸਨ ਪਸ਼ੂਆਂ ਦੀਆਂ ਝੁਕੀਆਂ ਹੋਈਆਂ ਧੌਣਾ ਹੈਰਾਨ ਉਦਾਸ ਜਪਦੀਆਂ ਸਨ ਜੱਟ ਦੇ ਮਸਤਾਨੇ ਨਗਮੇ ਦੀ ਤਾਨ ਮੈਨੂੰ ਦੁੱਖ ਤੇ ਦਰਦ ਚ ਗੁੱਤੇ ਖਾਂਦੇ ਜਪਦੀ ਸੀ ਤੇ ਜਦੋਂ ਮੇਰੇ ਸਿਰ ਤੋਂ ਰਾਜ ਹੰਸਾਂ ਦੀ ਇੱਕ ਡਾਰ ਆਪਣੇ ਚਿੱਟੇ ਖੰਭ ਪਸਾਰੀ ਲੰਘ ਗਈ ਤਾਂ ਯਕਦਾਂ ਮੇਰੀਆਂ ਅੱਖਾਂ ਚ ਅਥਰੂ ਆ ਗਏ ਤੁਸੀਂ ਕਿੱਥੇ ਜਾ ਰਹੇ ਹੋ ਚਿੱਟੇ ਖੰਭਾਂ ਵਾਲੇ ਰਾਜ ਹੰਸੋ ਮੈਨੂੰ ਵੀ ਆਪਣੇ ਨਾਲ ਲੈ ਚਲੋ ਕਿਸੇ ਅਣਜਾਨ ਝੀਲ ਦੇ ਕਿਨਾਰੇ ਮਨੁੱਖੀ ਦੁਨੀਆ ਤੋਂ ਦੂਰ ਜਿੱਥੇ ਨਰਮ ਨਰਮ ਪੁਰਾ ਵਗਦਾ ਹੈ ਤੇ ਕਲੋਲ ਕਰਦੀਆਂ ਲਹਿਰਾਂ ਨੀਲੂ ਫਰਦੀਆਂ ਪੰਖੜੀਆਂ ਨੂੰ ਚੁੰਮਦੀਆਂ ਨੇ ਤੇ ਬਰਫ਼ ਤੇ ਸਫੈਦ ਤੁੰਬਿਆਂ ਵਾਂਗ ਕੋਮਲ ਸਵੱਟ ਤੇ ਸੁੰਦਰ ਰਾਜ ਹੰਸ ਆਪਣੀਆਂ ਲੰਮੀਆਂ ਲੰਮੀਆਂ ਉੱਚੀਆਂ ਧੌਣਾ ਚੁੱਕ ਕੇ ਆਪਣੀਆਂ ਪ੍ਰੇਮਕਾਵਾਂ ਨਾਲ ਝੀਲ ਦੀ ਸਤ੍ਹਾ ਤੇ ਫੁੱਲਾਂ ਵਿੱਚ ਘਾਰ ਤੈਰਦੇ ਰਹਿੰਦੇ ਨੇ ਮੈਨੂੰ ਉੱਥੇ ਲੈ ਚਲੋ ਜਿੱਥੇ ਸ਼ਫਤਾਲੂ ਦੀਆਂ ਝੁਕੀਆਂ ਹੋਈਆਂ ਟਹਿਣੀਆਂ ਝੀਲ ਦੇ ਸਤਾਤੇ ਆਪਣੇ ਫੁੱਲ ਕੇਰਦੀਆਂ ਨੇ ਤੇ ਪੰਜ ਰੰਗਾਂ ਵਾਲੇ ਮਾਹੀ ਗੀਰ ਤੇ ਸੱਤ ਰੰਗਾਂ ਵਾਲੇ ਤਿਲ ਹੜੇ ਰੰਗ ਬਰੂਦੇ ਨੇ ਮੈਨੂੰ ਉੱਥੇ ਲੈ ਚੱਲੋ ਮੇਰੇ ਦੋਸਤੋ ਮੈਂ ਤੁਹਾਡੇ ਬੱਚਿਆਂ ਨਾਲ ਖੇਡਾਂਗਾ ਤੇ ਲੰਮੀ ਲੰਮੀ ਘਾਹ ਚ ਲੇਟ ਕੇ ਉਹਨਾਂ ਉੱਚੇ ਉੱਚੇ ਸਰਕੜੀਆਂ ਦੀਆਂ ਸਫੈਦ ਕਲਗੀਆਂ ਨੂੰ ਦੇਖਿਆ ਕਰਾਂਗਾ ਜਿਹੜੀਆਂ ਹਵਾ ਚ ਸ਼ਾਂਤੀ ਦੇ ਝੰਡਿਆਂ ਵਾਂਗ ਲਹਿਰਾਉਂਦੀਆਂ ਨੇ ਤੇ ਉਹਨਾਂ ਸੁਪਨਿਆਂ ਨੂੰ ਯਾਦ ਕਰਾਂਗਾ ਜਿਹੜੇ ਸਰਕੜੀਆਂ ਦੀ ਛਾਂਤ ਕਦੀ ਮੈਂ ਤੇ ਸ਼ਾਦਾ ਨੇ ਦੇਖੀ ਸੀ ਮੈਨੂੰ ਇੱਥੇ ਨਾ ਛੱਡ ਕੇ ਜਾਓ ਮੇਰੇ ਦੋਸਤੋ ਅੱਜ ਇਸ ਦੁਨੀਆ 'ਚ ਬਹੁਤ ਜ਼ਿਆਦਾ ਹਨੇਰਾ ਹੈ ਬਹੁਤ ਜ਼ਿਆਦਾ ਅਤਿਆਚਾਰ ਹੈ ਬਹੁਤ ਜ਼ਿਆਦਾ ਤੰਗ ਨਜ਼ਰੀ ਥੋੜਾ ਕੁ ਹਨੇਰਾ ਤੇ ਮੇਰੇ ਅੰਦਰ ਵੀ ਹੋਏਗਾ ਥੋੜੀ ਜੀ ਤੰਗ ਨਜ਼ਰੀ ਤਾਂ ਮੇਰੀ ਆਤਮਾ ਵੀ ਹੋਏਗੀ ਥੋੜਾ ਜਿਹਾ ਜ਼ੁਲਮ ਤਾਂ ਮੈਂ ਵੀ ਕਿਸੇ ਤੇ ਕੀਤਾ ਹੋਏਗਾ ਪਰ ਇੰਨਾ ਹਨੇਰਾ ਇੰਨਾ ਅਤਿਆਚਾਰ ਇਨੀ ਬੇਪਰਵਾਹ ਤੰਗ ਨਜ਼ਰੀ ਮੈਥੋਂ ਬਰਦਾਸ਼ਤ ਨਹੀਂ ਹੁੰਦੀ ਕਿ ਇੱਕ ਇਨਸਾਨ ਦੂਜੇ ਇਨਸਾਨ ਦੇ ਖੂਨ ਦਾ ਪਿਆਸਾ ਹੋ ਜਾਏ ਉਦੀ ਹਸਤੀ ਮਿਟਾਉਣ ਤੇ ਤੁਲ ਜਾਈ ਮੈਨੂੰ ਆਪਣੇ ਖੰਭਾਂ ਤੇ ਬਿਠਾ ਕੇ ਲੈ ਚੱਲੋ ਰਾਜ ਹੰਸੋ ਮੈਂ ਕਿੰਨੇ ਦਿਨਾਂ ਦਾ ਸੁੱਤਾ ਨਹੀਂ ਨੀਂਦ ਮੇਰੀ ਨਸ ਨਸਟ ਡੋਲਦੀ ਏ ਪਰ ਕਿਤੇ ਬੈਠਣ ਦੀ ਜਗ੍ਹਾ ਨਹੀਂ ਮਿਲਦੀ ਮੈਂ ਤੁਹਾਡੇ ਕੋਮਲ ਤੇ ਰੇਸ਼ਮ ਵਰਗੇ ਮੁਲਾਇਮ ਖੰਭਾਂ 'ਚ ਸੌ ਜਾਵਾਂਗਾ ਤੇ ਨੀਂਦ ਦੀ سرمਈ ਘਾਟੀ 'ਚ ਗਵਾਚ ਕੇ ਆਪਣੇ ਸੁਪਨਿਆਂ ਦੇ ਟਾਪੂ ਵੱਲ ਨਿਕਲ ਜਾਵਾਂਗਾ ਪਰ ਰਾਜ ਹੰਸਾਂ ਦੀ ਡਾਰ ਹਵਾਈ ਕੈਂਚੀ ਵਾਂਗ ਝੂਲਦੀ ਹੋਈ ਤੇ ਮੇਰੀਆਂ ਉਮੀਦਾਂ ਇੱਛਾਵਾਂ ਨੂੰ ਕਤਰਦੀ ਹੋਈ ਅਸਮਾਨ ਲੂਪ ਹੋ ਗਈ ਤੇ ਮੈਂ ਇੱਥਾਂ ਧਰਤੀ ਤੇ ਖੜਾ ਰਹਿ ਗਿਆ ਕੀ ਮੈਂ ਸੋਚਿਆ ਸੀ ਕਿ ਰਾਜ ਹੰਸ ਜ਼ਰੂਰ ਮੈਨੂੰ ਆਪਣੇ ਖੰਭਾਂ ਤੇ ਬਿਠਾ ਕੇ ਕਿਧਰੇ ਲੈ ਜਾਣਗੇ ਭਲਾਈ ਕਿਵੇਂ ਸੰਭਵ ਸੀ ਪਰ ਇਨਸਾਨ ਕਦੇ ਕਦੇ ਇਹੋ ਜੀਆਂ ਸੰਭਵ ਤੇ ਨਾ ਹੋ ਸਕਣ ਵਾਲੀਆਂ ਗੱਲਾਂ ਵੀ ਸੋਚ ਲੈਂਦਾ ਤੇ ਉਹਨਾਂ ਦੇ ਪੂਰਾ ਨਾ ਹੋਣ ਤੇ ਰੋਂਦਾ ਮੈਂ ਵੀ ਦੋ ਹੰਝੂ ਵਹਾ ਦਿੱਤੇ ਤੇ ਆਪਣੇ ਪਿੰਡ ਕੋਟਲੀ ਸੂਦਕਾਂਵਲ ਤੁਰ ਪਿਆ ਕੋਟਲੀ ਸੂਦਕਾਂਚ ਮੇਰੇ ਦਾਦਾ ਜੀ ਦਾ ਘਰ ਸੀ ਇੱਥੇ ਮੇਰੇ ਭਰਾ ਭੈਣ ਮਾਤਾ ਪਿਤਾ بیوی ਬੱਚੇ ਸਭ ਮਿਲ ਗਏ ਅਸੀਂ ਸਾਰੇ ਇੱਕ ਦੂਜੇ ਨੂੰ ਦੇਖ ਕੇ ਖੁਸ਼ੀ ਨਾਲ ਰੋਣ ਲੱਗ ਪਏ ਕਿਉਂਕਿ ਉਹਨਾਂ ਸਾਰੇ ਲੋਕਾਂ ਨੇ ਸੋਚ ਲਿਆ ਸੀ ਕਿ ਬੇਜਨਾਥ ਲੋਹਾਰ ਚ ਮਾਰਿਆ ਗਿਆ ਹੋਵੇਗਾ ਮੇਰੇ ਦਾਦਾ ਜੀ ਨੇ ਮੈਨੂੰ ਆਪਣੇ ਗਲ ਲਾ ਲਿਆ ਬੜੇ ਬਣਦੇ ਫੱਬਦੇ ਤੇ ਪੁਰਾਣੇ ਜ਼ਮਾਨੇ ਦੇ ਰੂਪ ਦਾਬ ਵਾਲੇ ਜ਼ਿੰਮੇਦਾਰ ਸਨ ਉਹਨਾਂ ਦਾ ਕਦ 6 ਫੁੱਟ ਤੋਂ ਵੀ ਉੱਚਾ ਸੀ ਤੇ ਉਹ ਆਪਣੇ ਚਿੱਟੇ ਵਾਲਾਂ ਵਾਲੇ ਸਿਰ ਤੇ ਮਜ਼ਬੂਤ ਠੋਡੀ ਤੇ ਚਟੀਆਂ ਵੱਡੀਆਂ ਵੱਡੀਆਂ ਮੁੱਛਾਂ ਚ ਬੜੇ ਰੋਪਦਾਰ ਦਿਖਾਈ ਦਿੰਦੇ ਸਨ ਸਾਰੇ ਪਿੰਡ ਤੇ ਉਹਨਾਂ ਦਾ ਦਬਦਬਾ ਸੀ ਕਿਉਂਕਿ ਉਹ ਪਿੰਡ ਦੇ ਸਭ ਤੋਂ ਵੱਡੇ ਜ਼ਿੰਮੇਵਾਰ ਸਨ ਇਸ ਲਈ ਸਾਰੇ ਲੋਕ ਉਹਨਾਂ ਦੀ ਗੱਲ ਮੰਨਦੇ ਸਨ ਤਹਿਸੀਲਦਾਰ ਤੇ ਥਾਣੇਦਾਰ ਤੇ ਹੋਰ ਹਾਕਮ ਆਉਂਦੇ ਸਨ ਤੇ ਚਲੇ ਜਾਂਦੇ ਸਨ ਪਰ ਪਿੰਡ 'ਚ ਦਾਦਾ ਜੀ ਦਾ ਰਾਜ ਕਾਇਮ ਰਹਿੰਦਾ ਸੀ ਮੈਂ ਦਾਦਾ ਜੀ ਨੂੰ ਘਰ ਦੇ ਸਾਰੇ ਮੈਂਬਰਾਂ ਨੂੰ ਲਾਹੌਰ ਦਾ ਸਾਰਾ ਕਿੱਸਾ ਸੁਣਾਇਆ ਤੇ ਉਹਨਾਂ ਨੂੰ ਸਮਝਾਇਆ ਕਿ ਹੁਣ ਇੱਥੇ ਰਹਿਣਾ ਠੀਕ ਨਹੀਂ ਹੈ ਹੁਣ ਇੱਥੋਂ ਜਾਣਾ ਪਏਗਾ ਅਜੇ ਤਾਂ ਇੱਥੇ ਸਭ ਠੀਕ ਠਾਕ ਹੈ ਪਰ ਹੁਣ ਇੱਥੋਂ ਹੁਣੇ ਇੱਥੋਂ ਚਲੇ ਜਾਈਏ ਤਾਂ ਚੰਗਾ ਹੈ ਪਰ ਦਾਦਾ ਜੀ ਬੜੇ ਜ਼ਿੱਦੀ ਸਨ ਹਿਰਕ ਕੇ ਬੋਲੇ ਕੀ ਗੱਲ ਕਰਦਾ ਪਿਆ ਬੇਚਣਾ تھا ਜੇ ਇਸ ਧਰਤੀ ਤੇ ਪਾਕਿਸਤਾਨ ਬਣੇਗਾ ਤੱਕੀ ਹੋਏਗਾ ਇਹ ਆਰਤੀ ਤਾਂ ਨਹੀਂ ਬਦਲਣ ਲੱਗੀ ਅਸੀਂ ਇਸ ਧਰਤੀ ਤੇ ਰਹਾਂਗੇ ਤੇ ਦਾ ਯਸ਼ ਗਾਵਾਂਗੇ ਜਿਵੇਂ ਸੱਤ ਪੀੜੀਆਂ ਤੋਂ ਕਰਦੇ ਆਏ ਆ ਮਸੀਬਤੇ ਹੋਏ ਮੈਂ ਕਿਹਾ ਤੁਸੀਂ ਤਾਂ ਸੱਤ ਪੀੜੀਆਂ ਤੋਂ ਆਰਾਮ ਕਰਦੇ ਤੇ ਯਸ਼ ਗਾਉਂਦੇ ਆਏ ਤੁਹਾਡੀ ਰૈયਤ ਤੁਹਾਡੇ ਲਈ ਕੰਮ ਕਰਦੀ ਤੇ ਤੁਹਾਨੂੰ ਫਰਿਆਦ ਕਰਦੀ ਰਹੀਏ ਪਰ ਹੁਣ ਇੰਜ ਨਹੀਂ ਚੱਲਣਾ ਹੁਣ ਉਹਨਾਂ ਦੇ ਬਦਲਾ ਲੈਣ ਦਾ ਸਮਾਂ ਆਇਆ ਏ ਮੇਰੀ ਮੁਸਲਮਾਨ ਰૈયਤ ਤਾਂ ਮੇਰੇ ਬੱਚੇ ਨੇ ਦਾਦਾ ਜੀ ਮਾਰਨ ਨਾਲ ਬੋਲੇ ਪਰ ਸਿਰਫ ਫਸਲ ਕੱਟਣ ਤੱਕ ਮੈਂ ਜਵਾਬ ਦਿੱਤਾ ਤੇ ਦਾਦਾ ਜੀ ਖੁੰਡਾ ਚੁੱਕ ਕੇ ਮੇਰੇ ਮਾਰਨ ਲਈ ਦੌੜ ਪਏ ਉਹ ਤਾਂ ਮੇਰੇ ਪਿਤਾ ਜੀ ਤੇ ਮੇਰੇ ਵੱਡੇ ਭਰਾ ਦੇ ਨੇ ਵਿੱਚ ਬਚਾਅ ਕਰ ਦਿੱਤਾ ਨਹੀਂ ਤਾਂ ਉਹਨਾਂ ਦਾ ਖੁੰਡਾ ਹੁੰਦਾ ਤੇ ਮੇਰਾ ਸਿਰ ਦੂਜੇ ਦਿਨ ਤੀਜੇ ਪੈਰ ਦਾਦਾ ਜੀ ਦਲਾਨ ਦੇ ਇੱਕ ਤਖਤ ਤੇ ਬੈਠੇ ਹੁੱਕਾ ਵੀ ਰੇ ਸਨ। ਕ੍ਰੀਮ ਖਾ ਉਹਨਾਂ ਦੀ ਲੱਤਾਂ ਘੁੱਟ ਰਿਆ ਸੀ ਤੇ ਅੱਲਾ ਦਾਦ ਉਹਨਾਂ ਦੀ ਪਿੱਠ ਤੇ ਫਜ਼ਲੂ ਉਹਨਾਂ ਦੇ ਸਿਰ ਤੇ ਮਾਲਿਸ਼ ਕਰ ਰਿਹਾ ਸੀ। ਮੈਨੂੰ ਉਧਰੋਂ ਲੰਘਦਿਆਂ ਦੇਖ ਕੇ ਉਹਨਾਂ ਆਪਣੇ ਕੋਲ ਬੁਲਾਇਆ ਤੇ ਫਜ਼ਲੂ ਨੂੰ ਪੁੱਛਿਆ ਕਿਉਂ ਫਜ਼ਲੂ ਕਿ ਇੱਥੇ ਵੀ ਫਸਾਦ ਹੋਏਗਾ? ਫਜ਼ਲੂ ਨੇ ਦਾਦਾ ਜੀ ਦਾ ਸਿਰ ਚਸਦਿਆਂ ਹੋਇਆਂ ਕਿ ਆਹ ਮਾਲਕ ਸੱਤ ਪੀੜੀਆਂ ਤੋਂ ਤਾਂ ਇਸ ਪਿੰਡ 'ਚ ਦੰਗਾ ਨਹੀਂ ਹੋਇਆ ਤੇ ਨਾ ਹੀ ਹੋਣਾ। ਤੂੰ ਅੱਲਾ ਦਾਦ ਅੱਲਾ ਦਾਦ ਨੇ ਦਾਦਾ ਜੀ ਦੀ ਪਿੱਠ ਤੇ ਪੋਲੀਆਂ-ਪੋਲੀਆਂ ਥਪਕੀਆਂ ਮਾਰਦਿਆਂ ਹੋਇਆ ਕਿਆ ਅਸੀਂ ਤਾਂ ਤੁਹਾਡੇ ਬੱਚੇ ਆ ਮਾਲਕ ਕਿਉਂ کریم ਖਾਂ کریم ਖਾਂ ਲਤਾਂ ਘੁੱਟਦਾ-ਘੁੱਟਦਾ ਮੁਸਕਰਾ ਕੇ ਬੋਲਿਆ ਬੇਫਿਕਰ ਰਹੋ ਜਿਹੜਾ ਫਸਾਦ ਕਰੇਗਾ ਅਸੀਂ ਉਹਦੀ ਧੌਣ ਲਾ ਦੇਾਂਗੇ ਦਾਦਾ ਜੀ ਨੇ ਮਾਨ ਨਾਲ ਮੇਰੇ ਵੱਲ ਵੇਖਿਆ ਹੁਣ ਮੈਂ ਕੀ ਕਹਿੰਦਾ ਮੋਢੇ ਛੱਡ ਕੇ ਉੱਥੋਂ ਤੁਰ ਗਿਆ 8-10 ਦਿਨ ਬੜੇ ਆਰਾਮ ਨਾਲ ਬੀਤੇ ਮੈਂ ਆਪਣੇ ਦਿਲ ਦੇ ਸੰਕਿਆਂ ਤੇ ਛੋਰੀਆਂ ਨੂੰ ਲਗਭਗ ਭੁੱਲ ਚੁੱਕਾ ਸੀ ਅਸੀਂ ਸਾਰੇ ਸਵੇਰੇ ਲੱਸੀ ਪੀਂਦੇ ਦੁਪਹਿਰੇ ਗੰਨੇ ਚੁੱਪਦੇ ਤੀਜੇ ਪੈਰ ਜਦੋਂ ਕੰਮ ਤੋਂ જરા ਵੇਲ ਹੁੰਦੀ ਤਾਂ ਮੈਂ ਤੂਤਾਂ ਵਾਲੇ ਤਲਾਹ ਦੇ ਕਿਨਾਰੇ ਰੁੱਖਾਂ ਦੀ ਸੰਘਣੀ ਛਾਂ 'ਚ ਆਪਣੇ ਦਾਦਾ ਜੀ ਦੀ ਰૈયਤ ਨਾਲ ਤਾਸ਼ ਖੇਡਦਾ ਮੇਰਾ ਸਭ ਤੋਂ ਛੋਟਾ ਬਾਲ ਮੁੰਨਾ ਮੇਰੀ ਗੋਦੀ 'ਚ ਹੁੰਦਾ ਊਂ ਊਂ ਕਰਕੇ ਮੇਰੀ ਗੋਦੀ 'ਚ ਖੇਡਦਾ ਰਹਿੰਦਾ ਜਦ ਤਾਸ਼ ਦੇ ਪੱਤੇ ਚੁੱਕ ਕੇ ਆਪਣੇ ਮੂੰਹ 'ਚ ਪਾਉਣ ਲੱਗਦਾ ਤੇ ਲਾਲਾਂ ਸੁੱਟਦਾ ਹੋਇਆ ਮੇਰੀ ਕਮੀਜ਼ 'ਤੇ ਆਉਂ ਦਿੰਦਾ ਪਰ ਗੋਲ ਮਟੋਲ ਤੇ ਗੋਬਲ ਘੱਟਾ ਜਿਆ ਸੀ ਤੇ ਮੈਨੂੰ ਬੜਾ ਪਿਆਰਾ ਲੱਗਦਾ ਸੀ ਤੇ ਜਦੋਂ ਮੇਰੀ ਗੋਦੀ 'ਚ ਬੈਠਦਾ ਤੇ ਮੈਂ ਉਹਨੂੰ ਗੋਦੀ 'ਚ ਬਿਠਾ ਕੇ ਤੂਤਾਂ ਦੀ ਸੰਗਣੀ ਛਾਂ 'ਚ ਕੰਮੀਆਂ ਨਾਲ ਤਾਸ਼ ਖੇਡ ਰਿਹਾ ਹੁੰਦਾ ਤਾਂ ਮੈਨੂੰ ਜ਼ਿੰਦਗੀ ਨੀਲੇ ਅਸਮਾਨ 'ਚ ਤੈਰਦੀ ਹੋਈ ਚਿੱਟੇ ਤੇ ਹਲਕੇ ਫੁਲਕੇ ਬੱਦਲਾਂ ਵਰਗੀ ਨਰਮ ਤੇ ਦਿਲਕਸ਼ ਲੱਗਦੀ 21 ਅਗਸਤ ਦੀ ਸ਼ਾਮ ਜਦੋਂ ਚੁੱਲਿਆਂ ਤੇ ਮੱਕੀ ਦੀਆਂ ਰੋਟੀਆਂ ਲਾਈਆਂ ਜਾ ਰਹੀਆਂ ਸਨ ਤੇ ਵਿਹੜੇ 'ਚ ਕੜੀ ਦੀ ਖੁਸ਼ਬੂ ਚਾਰੇ ਪਾਸੇ ਫੈਲੀ ਹੋਈ ਸੀ ਤੇ ਬੱਚੇ ਕਿੱਲਿਆਂ ਨਾਲ ਵੱਜੇ ਆਪਣੀਆਂ ਮਾਵਾਂ ਨੂੰ ਆਵਾਜ਼ਾਂ ਮਾਰ ਰਹੇ ਸੀ ਤੇ ਝਾਂਜਰਾਂ ਛਣਕਾਉਂਦੀਆਂ ਹੋਈਆਂ ਨਵੀਆਂ ਵਿਆਹੀਆਂ ਚੰਦ ਵਰਗੀਆਂ ਮੁਟਿਆਰਾਂ ਆਪਣੇ ਆਪਣੇ ਪਤੀਆਂ ਲਈ ਖਾਣਾ ਪਰੋਸ ਕੇ ਲਾ ਜਾ ਰਹੀਆਂ ਸਨ ਉਦੋਂ ਦਲਾਨ 'ਚ ਦਾਦਾ ਜੀ ਦੇ ਕਮੇਰਾਂ ਦਾ ਇੱਕ ਜੱਥਾ ਦਾਦਾ ਜੀ ਕੋਲ ਆਇਆ ਉਹਨਾਂ ਲੋਕਾਂ ਨੇ ਫਰਿਆਦੀਆਂ ਵਾਂਗ ਚਾਦਰਾਂ ਪੁੱਠੀਆਂ ਕਰਕੇ ਗੱਲਚਪਾਈਆਂ ਹੋਈਆਂ ਸਨ। ਉਹਨਾਂ ਦੇ ਸਿਰ ਡਰ ਤੇ ਸ਼ਰਮ ਵੱਸ ਚੁਕੇ ਹੋਏ ਸਨ। ਦਾਦਾ ਜੀ ਖਾਣਾ ਖਾਣ ਲੱਗੇ ਸਨ ਕਿ ਉਹਨਾਂ ਨੇ ਉਹਨਾਂ ਲੋਕਾਂ ਨੂੰ ਦੇਖ ਕੇ ਥਾਲੀ ਪਰਾਂ ਸਰਕਾ ਦਿੱਤੀ ਤੇ ਰਤਾ ਕਰੜੀ ਵਾਸਤੇ ਬੋਲੇ ਕਿ ਇਹ ਕਮੇਰਾਂ ਦੀ ਟੋਲੀ 'ਚ کریم ਖਾਨ ਸੀ, ਅੱਲਾਦਦਵੀ ਸੀ ਤੇ ਫਜ਼ਲੂ ਵੀ। ਰਮਜ਼ਾਨ ਵੀ ਤੇ ਹੋਰ ਲੋਕ ਵੀ ਸਨ ਜਿਨ੍ਹਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਨਹੀਂ ਸੀ ਜਾਣਦਾ। کریم ਖਾਨ ਨੇ ਚਾਦਰ ਦਾ ਪੱਲਾ ਆਪਣੇ ਹੱਥਾਂ 'ਚ ਫੜ ਕੇ ਤੇ ਝੁੱਕ ਕੇ ਕਿਹਾ ਮਾਲਕ ਉਪਰੋਂ ਹੁਕਮ ਆਇਆ ਲੁੱਟ ਲਓ ਉੱਪਰ ਵਾਲਾ ਤਾਂ ਖੁਦਾ ਏ ਕਿ ਖੁਦਾ ਨੇ ਤੁਹਾਨੂੰ ਸਾਨੂੰ ਲੁੱਟਣ ਲਈ ਭੇਜਿਆ ਉਹ ਬਿੰਦ ਦਾ ਬਿੰਦ ਦੁਚਿੱਤੀ ਜਿੱਚ ਫਸ ਗਿਆ ਫਿਰ ਫਜ਼ਲੂ ਹੌਲੀ ਜੀ ਬੋਲਿਆ ਮਾਲਕ ਤੁਸੀਂ ਚਲੇ ਜਾਓ ਇੱਥੋਂ ਕਿੱਥੇ ਚਲਾ ਜਾਵਾਂ ਦਾਦਾ ਜੀ ਹਿਰ ਕੇ ਕੂਕੇ کریم ਖਾਨ ਇੱਕ ਠੰਡਾ ਹੋਕਾ ਪਰਦੇ ਆਂ ਗਿਆ ਮਾਲਕ ਉਪਰੋਂ ਹੁਕਮ ਆਇਆ ਲੁੱਟ ਲਓ ਅਸੀਂ ਉੱਪਰ ਵਾਲਿਆਂ ਦਾ ਹੁਕਮ ਨਹੀਂ ਟਾਲ ਸਕਦੇ ਇੱਕ ਇੱਕੇ ਕਰੀਮ ਖਾਨੇ ਨੀਵੀ ਪਾਲੀ ਤੇ ਟਪ ਟਪ ਪਤਰੂ ਉਹਦੀ ਮੈਲੀ ਚਾਦਰ ਚ ਡਿੱਗਣ ਲੱਗੇ ਦਾਦਾ ਜੀ ਨੇ ਹਰ ਕੇ ਕਿਹਾ ਤੁਸੀਂ ਬੜੇ ਕਾਇਰ ਤੇ ਬੇਵਕੂਫ ਹੋ ਜਿਹੜੇ ਗੁੰਡਿਆਂ ਤੋਂ ਡਰ ਜਾਂਦੇ ਹੋ ਮੇਰੇ ਕੋਲ 6 ਬੋਰ ਵਾਲਾ ਪਿਸਤੌਲ ਹੈ ਮੈਨੂੰ ਕਿਸੇ ਦਾ ਡਰ ਨਹੀਂ ਦੇਖਦਾ ਕਿਹੜਾ ਮਾਈ ਦਾ ਲਾਲ ਕੋਟਲੀ ਸੂਤਕਾਂ ਦੇ ਜ਼ਿਮੀਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਦਾ ਚਲੇ ਜਾਓ ਉਹਨਾਂ ਲੋਕਾਂ ਦੀ ਜਾਨ ਪਿੱਛੋਂ ਮੈਂ ਤੇ ਮੇਰੇ ਪਿਤਾ ਜੀ ਨੇ ਵੀ ਦਾਦਾ ਜੀ ਨੂੰ ਬੜਾ ਸਮਝਾਇਆ ਪਰ ਉਹ ਕਿਸੇ ਤਰ੍ਹਾਂ ਨਹੀਂ ਮੰਨੇ ਕਿਸੇ ਤਰ੍ਹਾਂ ਉਹਨਾਂ ਦੇ ਦਿਲ 'ਚ ਇਹ ਗੱਲ ਨਹੀਂ ਬੜੀ ਕਿ ਹੁਣ ਉਹਨਾਂ ਨੂੰ ਉੱਥੋਂ ਚਲੇ ਜਾਣਾ ਪਏਗਾ ਘਰ 'ਚ ਦੋ ਪਾਰਟੀਆਂ ਬਣ ਗਈਆਂ ਕੁਝ ਲੋਕ ਕਹਿੰਦੇ ਸੀ ਜਾਣਾ ਚਾਹੀਦਾ ਕੁਝ ਲੋਕ ਦਾਦਾ ਜੀ ਦੇ ਸਮਰਥਕ ਸਨ ਉਹ ਕਹਿੰਦੇ ਸਨ ਇਹ ਸਭ ਖੂਨ ਖਰਾਬਾ ਕੁਝ ਦਿਨਾਂ ਦਾ ਉਬਾਲ ਹੈ ਠੰਡਾ ਪੈ ਜਾਏਗਾ ਅਸੀਂ ਲੋਕ ਜਾਣ ਵਾਲਿਆਂ ਨਾਲੋਂ ਕਿਤੇ ਵੱਧ ਆਰਾਮ 'ਚ ਇੱਥੇ ਰਹਾਂਗੇ ਤੇ ਕੋਟਲੀ ਸੂਦ ਕਾਂਜ ਤੱਕ ਇਹ ਕੁਝ ਹੋਈ ਨਹੀਂ ਸਕਦਾ ਚਾਚਾ ਆਇਆ RAM ਤੇ ਤਾਇਆ RAM ਲੁਭਾਇਆ ਤਾਂ ਦਾਦਾ ਜੀ ਦੇ ਪੱਖ 'ਚ ਸਨ ਪਰ ਮੈਂ ਤੇ ਮੇਰਾ ਵੱਡਾ ਭਰਾ ਤੇ ਪਿਤਾ ਜੀ ਜਾਣ ਦੇ ਪੱਖ 'ਚ ਸੀ ਤੇ ਜਿਹੜਾ ਆਦਮੀ ਜਿਸ ਪੱਖ 'ਚ ਸੀ ਉਹਦੀ ਬੀਵੀ ਤੇ ਬੱਚੇ ਉਸੇ ਵੱਲ ਸਨ ਅੱਧੀ ਰਾਤ ਇਸੇ ਝੁੰਝ ਚਰਚਾ 'ਚ ਬੀਤ ਗਈ ਤੇ ਉਸ ਪਿੱਛੋਂ ਸਾਰੇ ਪੈ ਕੇ ਸੌਂ ਗਏ ਪਰ ਸਵੇਰ ਨੂੰ ਹਮਲਾ ਹੋ ਗਿਆ ਅਜੇ ਲੋਕ ਠੀਕ ਤਰ੍ਹਾਂ ਜਾਗੇ ਵੀ ਨਹੀਂ ਸਨ ਬੱਚੇ ਵਾਲੀਆਂ ਤਾਂ ਸੁੱਤੀਆਂ ਹੋਈਆਂ ਸਨ ਮੈਂ ਖੁਦ ਰਾਤ ਦਾ ਜਾਗਿਆ ਸਾਂ ਪੈਂਦਾ ਹੀ ਸੌਂ ਗਿਆ ਇਸ ਲਈ ਜਦੋਂ ਗਲੀ 'ਚ ਢੋਲ ਵੱਜਣ ਤੇ ਦੰਗਾਈਆਂ ਦੇ ਨਾਰੇ ਉੱਚੇ ਹੋਣ ਲੱਗੇ ਤੇ ਔਰਤਾਂ ਤੇ ਬੱਚਿਆਂ ਦੀ ਚਿਕਾ ਰੌਲੀ ਸੁਣਾਈ ਦਿੱਤੀ ਤਾਂ ਘਬਰਾ ਕੇ ਉੱਠ ਬੈਠਾ ਮੈਂ ਇੱਕ ਬਨਾਨ ਤੇ ਤਹਿਮਦ ਬਨ ਕੇ ਸੁੱਤਾ ਸੀ ਤੇ ਉਸੇ ਲਿਬਾਸ ਚ ਉੱਠ ਖੜਾ ਹੋਇਆ ਤੇ ਘਬਰਾਟ ਚ ਆਪਣੇ ਕਮਰੇ ਦੀ ਖਿੜਕੀ 'ਚ ਛਾਲ ਮਾਰੀ ਮੇਰੇ ਕਮਰੇ ਦੀ ਖਿੜਕੀ ਗੰਨੇ ਦੇ ਖੇਤਾਂ ਵੱਲ ਖੁੱਲਦੀ ਸੀ ਮੈਂ ਖਿੜਕੀ 'ਚੋਂ ਛਾਲ ਮਾਰ ਕੇ ਪਹਿਲਾਂ ਤਾਂ ਗੰਨੇ ਦੇ ਖੇਤ ਦੇ ਅੰਦਰ ਹੀ ਅੰਦਰ ਭੱਜਦਾ ਗਿਆ ਗੰਨਿਆਂ ਦੇ ਤੇਜ਼ ਧਾਰ ਪੱਤਿਆਂ ਨੇ ਮੇਰੀ ਬਨਾਨ ਤੇ ਤਹਿਮਦ ਨੂੰ ਥਾਂ ਥਾਂ ਤੋਂ ਚੀਰਾਂ ਕਰ ਦਿੱਤਾ ਤੇ ਤੇ ਲੱਤਾਂ ਬਾਹਾਂ 'ਚੋਂ ਕਈ ਥਾਂ ਖੂਨ ਕੱਢ ਦਿੱਤਾ ਕਈ ਜਗ੍ਹਾ ਲਾਲ ਚੀਟਾਂ ਪੈ ਗਈਆਂ ਆਖਰ ਜਦੋਂ ਢੋਲ ਨਾ ਰਿਆਂ ਤੇ ਚੀਕਾਂ ਦੀ ਆਵਾਜ਼ ਦੂਰ ਹੋ ਗਈ ਤੇ ਦਬ ਜੀ ਗਈ ਤਾਂ ਮੈਂ ਲੰਮੇ ਲੰਮੇ ਸਾਹ ਲੈਂਦਾ ਹੋਇਆ ਰੁੱਕ ਕੇ ਅੱਖਾਂ ਪਾੜ-ਪਾੜ ਇਧਰ ਉਧਰ ਦੇਖਣ ਲੱਗਾ ਉੱਥੇ ਕੋਈ ਵੀ ਨਹੀਂ ਸੀ ਚਾਰੇ ਪਾਸੇ ਗੰਨੇ ਹੀ ਗੰਨੇ ਸਨ ਤੇ ਉਹ ਜਿਹੜਾ ਦੂਰ ਦਾ ਕੋਹਰਾਮ ਸੀ ਉਹ ਵੀ ਜਿਵੇਂ ਦਬਦਾ ਜਾ ਰਿਹਾ ਸੀ ਕੋਈ ਅੱਧੇ ਪੌਣੇ ਘੰਟੇ ਬਾਅਦ ਚੁੱਪ ਵਾਪਰ ਗਈ ਢੋਲਾਂ ਦੀ ਆਵਾਜ਼ ਦੌੜਨ ਵਾਲਿਆਂ ਦੇ ਪੈਰਾਂ ਦੀਆਂ ਆਵਾਜ਼ਾਂ ਕਬੀਰ ਦੇ ਨਾਰਿਆਂ ਨਾਲ ਰਲ ਗੱਡ ਹੁੰਦੀਆਂ ਡਰੀਆਂ ਤੇ ਸੈਮੀਆਂ ਚੀਕਾਂ ਸਭ ਕੁਝ ਸ਼ਾਂਤ ਹੋ ਗਿਆ। ਹੁਣ ਮੇਰੇ ਚਾਰੇ ਪਾਸੇ ਚੁੱਪ ਦੀ ਚਾਦਰ ਤਣੀ ਹੋਈ ਸੀ। ਮੈਂ ਸ਼ਹਿਕੀ ਖੇਤ 'ਚ ਬੈਠ ਗਿਆ। ਇੱਕ ਦਿਨ, ਇੱਕ ਰਾਤ, ਦੂਜੇ ਦਿਨ ਤੇ ਤੀਜੇ ਦਿਨ ਤੱਕ ਮੈਂ ਉੱਥੇ ਖੇਤ 'ਚ ਲੁਕਿਆ ਰਿਆ, ਡਰਦਾ ਮਰਿਆ। ਹਿਲਦਾ ਜੁਲਦਾ ਵੀ ਨਹੀਂ ਸੀ ਕਿ ਕਿਤੇ ਮੇਰੀ ਆਹਟ ਨਾਲ ਉਹ ਲੋਕ ਚੱਕੰਨੇ ਨਾ ਹੋ ਜਾਣ ਤੇ ਮੈਨੂੰ ਫੜ ਕੇ ਮੌਤ ਦੇ ਘਾਟ ਨਾ ਲਾ ਦੇਣ। ਦੂਜੀ ਰਾਤ ਜ਼ੋਰਦਾਰ ਮੀਂਹ ਪਿਆ ਤੇ ਖੇਤ ਤੇ ਚਿੱਕੜ 'ਚ ਮੇਰਾ ਸਾਰਾ ਸਰੀਰ ਲਿਬੜ ਗਿਆ। ਪਰ ਇੱਕ ਚੰਗੀ ਗੱਲ ਉਹ ਵੀ ਹੋਈ ਮੈਨੂੰ ਬੜੀ ਪਿਆਸ ਲੱਗੀ ਸੀ ਮੀਂਹ ਦੇ ਪਾਣੀ ਨਾਲ ਪਿਆਸ ਬੁਝ ਗਈ ਪਰ ਭੁੱਖ ਭੜਕ ਉੱਠੀ ਤੀਜੇ ਦਿਨ ਦੁਪਹਿਰੇ ਇੰਨੀ ਜ਼ੋਰ ਦੀ ਭੁੱਖ ਲੱਗੀ ਕਿ ਉਹਨੇ ਮੇਰੇ ਡਰ ਨੂੰ ਵੀ ਖਤਮ ਕਰ ਦਿੱਤਾ ਮੈਂ ਭੁੱਖ ਕਰਕੇ ਬਿਲਕੁਲ ਨਹੀਂ ਡਾਲ ਤੇ ਮਜਬੂਰ ਖੇਤਾਂ ਚੋਂ ਬਾਹਰ ਆਇਆ ਤੇ ਹੌਲੀ ਹੌਲੀ ਤੁਰਦਾ ਆਪਣੇ ਦਾਦਾ ਜੀ ਦੇ ਘਰ ਤੱਕ ਪਹੁੰਚ ਗਿਆ ਮੇਰਾ ਦਾਦਾ ਦਹਲੂਸ ਤੇ ਮਰਿਆ ਪਿਆ ਸੀ ਉਹਦਾ ਸਰੀਰ ਫੁੱਲ ਗਿਆ ਸੀ ਤੇ ਉਹਦਾ ਇੱਕ ਹੱਥ ਦਹਲੂਸ ਦੇ ਬਾਹਰ ਸੀ ਤੇ ਇੱਕ ਦਹਲੀਜ਼ ਦੇ ਅੰਦਰ ਦਹਲੀਜ਼ ਦੇ ਬਾਹਰ ਸਾਡੀ ਉੱਤੀ ਰੂਮੀ ਦਾਦਾ ਜੀ ਦੀ লাশ ਕੋਲ ਕੰਨ ਸੁੱਟੀ ਨਿਡਾਲ ਜੀ ਹੋਈ ਬੈਠੀ ਸੀ ਮੈਂ ਦਾਦਾ ਜੀ ਦੇ ਉੱਪਰੋਂ ਛਾਲ ਮਾਰ ਕੇ ਅੰਦਰ ਚਲਾ ਗਿਆ ਵੇੜੇ 'ਚ ਜਾ ਕੇ ਸਭ ਤੋਂ ਪਹਿਲਾਂ ਨਲਕੇ ਤੋਂ ਪਾਣੀ ਪੀਤਾ ਪਾਣੀ ਪੀ ਕੇ ਰਸੋਈ 'ਚ ਚਲਾ ਗਿਆ ਕੋਈ ਖਾਣ ਵਾਲੀ ਚੀਜ਼ ਲੱਭਣ ਲੱਗਾ ਚੰਗੇ ਭਾਗਾ ਨੂੰ ਜਾਲੀ 'ਚ ਮੈਲੇ ਕੱਪੜੇ 'ਚ ਲਿਪਟੀਆਂ ਹੋਈਆਂ ਕੁਝ ਰੋਟੀਆਂ ਮਿਲ ਗਈਆਂ ਛਿੱਕੇ ਟੰਗੀ ਤੋੜੀ 'ਚ ਮੱਖਣ ਵੀ ਮਿਲ ਗਿਆ ਇੱਕ ਨੁਕਰੇ ਪਏ ਤੋੜੇ 'ਚ ਥੋੜਾ ਜਿਹਾ ਗੁੜ ਵੀ ਪਿਆ ਸੀ ਮੈਂ ਵੇੜੇ 'ਚ ਇਧਰ ਉਧਰ ਦੇਖਣ ਲੱਗਾ ਪੱਛਮ ਵਾਲ ਕੰਧ ਨਾਲ ਡੱਠੇ ਤਖਤ ਪੋਛ ਦੀ ਚਾਦਰ ਸਰਕੀ ਹੋਈ ਸੀ ਤੇ ਅੱਧੇ ਤਖਤ ਪੋਛ ਤੇ ਅੱਧੀ ਲਟਕੀ ਹੋਈ ਸੀ। ਉਹ ਉਸ ਤਖਤ ਪੋਛ ਤੇ ਦਾਦਾ ਜੀ ਦੇ ਖਹੋਂ ਦੇ ਛਿੱਟੇ ਸਨ। ਹੁੱਕੇ ਦੀ ਚਿਲਮ ਤੇ ਨੜੀ ਅੱਡੋ ਅੱਡ ਪਏ ਸਨ। ਕੋਲੀ ਦੋ ਮੂੜੇ ਤੇ ਕੁਰਸੀਆਂ ਉਲਟੀਆਂ ਪਈਆਂ ਸਨ। ਮੈਂ ਉੱਥੋਂ ਨਜ਼ਰ ਹਟਾ ਲਈ ਤੇ ਦੱਖਣੀ ਕੰਧ ਵੱਲ ਦੇਖਿਆ ਜਿੱਥੇ ਲੋਕੀ ਦੀ ਵੇਲ ਨੂੰ ਛਿੱਟੇ ਛਿੱਟੇ ਫੁੱਲ ਲੱਗੇ ਸਨ। ਇੱਕ ਨੁਕਰੇ ਤੰਦੂਰ ਸੀ ਤੇ ਉਹਦੇ ਕੋਲ ਲੋਹੇ ਦਾ ਚਿੰਟਾ ਪਿਆ ਸੀ। ਮੇਰੀ ਨਜ਼ਰ ਪੂਰਬੀ ਕੰਧ ਵੱਲ ਘੁੰਮ ਗਈ ਕੰਧ ਨਾਲ ਇੱਕ ਮੰਜੀ ਖੜੀ ਸੀ ਤੇ ਉਸ ਉੱਤੇ ਨਾਲਾ ਬਣਨ ਲਈ ਰੇਸ਼ਮੀ ਧਾਗਿਆਂ ਦਾ ਪੂਰਾ ਬੀੜ ਅਜੇ ਤੱਕ ਬੀੜਿਆ ਹੋਇਆ ਸੀ ਤੇ ਇੱਕਦਮ ਮੇਰੀਆਂ ਨਿਗਾਹਾਂ ਸਾਹਮਣੇ ਮੇਰੇ ਛੋਟੇ ਭਰਾ ਦੀ بیوی ਆਸ਼ਾ ਦਾ ਚਿਹਰਾ ਘੁੰਮ ਗਿਆ ਸ਼ਰਮੀਲਾ ਕਣਕਵੰਨਾ ਚਿਹਰਾ ਮੱਥੇ ਤੇ ਬਿੰਦੀ ਨੱਕ 'ਚ ਸੋਨੇ ਦਾ ਕੋਕਾ ਪਤਲੇ-ਪਤਲੇ ਲਾਜ ਸ਼ਰਮ ਨਾਲ ਮੁਸਕਰਾਉਂਦੇ ਬੁੱਲ ਰੇਸ਼ਮ ਦੇ ਲੱਛੇ ਨੂੰ ਸੁਲਝਾਉਂਦੀਆਂ ਤੇ ਰੰਗीन ਧਾਗਿਆਂ ਨਾਲ ਹਰ ਰੋਜ਼ ਜ਼ਿੰਦਗੀ ਦੇ ਸੁਪਨੇ ਬੁਣਦੀਆਂ ਹੋਈਆਂ ਮਹਿੰਦੀ ਨਾਲ ਰੰਗੀਆਂ ਪੱਤੀਆਂ ਪਤਲੀਆਂ ਉਂਗਲਾਂ ਇਸ ਵੇਲੇ ਉਹ ਮਹਿੰਦੀ ਰੰਗੀਆਂ ਉਂਗਲਾਂ ਥੇ ਨੇ ਇਹ ਘਰ ਦੀ ਕੰਧ ਨਾਲ ਲੱਗੀ ਰੇਸ਼ਮ ਦੀ ਤਸਵੀਰ ਸ਼ਾਇਦ ਹੁਣ ਕਦੀ ਪੂਰੀ ਨਹੀਂ ਹੋਏਗੀ ਤੇ ਯਕਦਾ ਮੇਰੇ ਚਾਰੇ ਪਾਸੇ ਮੇਰਾ ਘਰ ਭਰ ਗਿਆ ਪੁਰਾਣੀਆਂ ਇੱਛਾਵਾਂ ਨਾਲ ਪੁਰਾਣੀਆਂ ਖੁਸ਼ੀਆਂ ਨਾਲ ਜਾਣੀਆਂ ਪਛਾਣੀਆਂ ਚੀਜ਼ਾਂ ਨਾਲ ਤੇ ਬਿੰਦ ਦਾ ਬਿੰਦ ਮੈਂ ਓਹ ਮਹਿਸੂਸ ਕੀਤਾ ਜਿਵੇਂ ਮੇਰੀ ਮਾਂ ਆਟਾ ਗੁੰਨ ਰਹੀ ਏ ਤੇ ਮੇਰੀ ਪਤਨੀ ਤੰਦੂਰ 'ਚ ਰੋਟੀਆਂ ਲਾ ਰਹੀ ਏ ਮੇਰਾ ਬੱਚਾ ਆਟੇ ਦਾ ਬਲਦ ਬੱਕਰੀ ਬਣਾ ਰਿਹਾ ਦਾਦਾ ਜੀ ਤਖਤ ਪੋਜ ਤੇ ਬੈਠੇ ਹੁੱਕਾ ਪੀ ਰਹੇ ਨੇ ਤੇ ਪਛਮੀ ਕੰਧ ਕੋਲ ਲੱਗੇ ਅੱਡੇ ਤੇ ਮੇਰੇ ਭਰਾ ਦੀ ਪਤਨੀ ਨਾਲਾ ਬੁੰਨ ਰਹੀ ਏ ਤੇ ਬੁੱਲਾ ਬੁੱਲਾ ਚ ਗੁੰਗੁਣਾ ਰਹੀ ਏ ਗੱਡੀ ਆਈ ਗੱਡੀ ਆਈ ਸਿਪਾਈ ਵਾਲੀ ਮੈਨੂੰ ਟਿਕਣਾ ਦੇਈ ਬਾਬੂ ਸਾਡੀ ਰਾਤ ਜੁਦਾਈ ਵਾਲੀ ਦੂਜੇ ਛੇਨ ਉਤੇ ਕੁਝ ਵੀ ਨਹੀਂ ਸੀ ਤਖਤ ਪੋਜ ਖੂਨ ਦੇ ਕਾਲੇ ੱੱਬਿਆਂ ਨਾਲ ਭਰਿਆ ਹੋਇਆ ਸੀ ਚਿਲਮ ਨੜੀ ਤੇ ਹੁੱਕਾ ਢੋ ਅੱਡ ਪਏ ਸਨ ਮੂੜੇ ਕੁਰਸੀਆਂ ਉਲਟੇ ਪਏ ਸਨ ਤੰਦ ਨਾਲ ਖੜੀ ਮੰਜੀ ਤੇ ਰੇਸ਼ਮ ਦਾ ਅੱਡਾ ਅਧੂਰਾ ਪਿਆ ਸੀ ਰੋਟੀ ਖਾਂਦਿਆਂ ਖਾਂਦਿਆਂ ਮੈਂ ਸਭ ਕੁਝ ਸੋਚਿਆ ਤੇ ਦੇਖਿਆ ਇੰਨੇ 'ਚ ਮੈਂ ਦੇਖਿਆ ਰੂਮੀ ਮੇਰੇ ਪੈਰਾਂ ਕੋਲ ਆ ਬੈਠੀ ਤੇ ਮੇਰੇ ਵੱਲ ਨਿਰਾਸ਼ੀਆਂ ਬੇਬਸਤੀਆਂ ਨਜ਼ਰਾਂ ਨਾਲ ਦੇਖ ਰਹੀ ਹੈ ਰੂਮੀ ਸੌਣ ਵਾਲੀ ਸੀ ਤੇ ਉਹਦਾ ਢਿੱਡ ਫੁੱਲਿਆ ਹੋਇਆ ਤੇ ਕੁਝ ਲਮਕਿਆ ਹੋਇਆ ਵੀ ਕੁਝ ਦਿਨਾਂ ਨੂੰ 20 ਦਿਨਾਂ ਜਾਂ ਸ਼ਾਇਦ ਇੱਕ ਮਹੀਨੇ 'ਚ ਬੱਚੇ ਦੇएगी ਦਾਦਾ ਜੀ ਉਹਨੂੰ ਕਿੰਨਾ ਪਿਆਰ ਕਰਦੇ ਸੀ ਵਿਚਾਰੀ ਇਹ ਵੀ ਤਿੰਨ ਦਿਨਾਂ ਦੀ ਭੁੱਖੀ ਹੋਏਗੀ ਮੇਰੇ ਵੱਲ ਮੈਂ ਰੂਮੀ ਲਈ ਰੋਟੀ ਦੀ ਇੱਕ ਬੁਰਕੀ ਛੁੱਟੀ ਰੂਮੀ ਨੇ ਨਹੀਂ ਖਾਦੀ ਮੈਂ ਦੂਜੀ ਬੁਰਕੀ ਤੋੜ ਕੇ ਛੁੱਟੀ ਰੂਮੀ ਨੇ ਉਹਨੂੰ ਸੁੰਘ ਕੇ ਛੱਡ ਦਿੱਤਾ ਨਹੀਂ ਖਾਂਦੀ ਨਾ ਘਰ ਮਰ ਭੁੱਖੀ ਮੈਂ ਦੋਵੇਂ ਬੁਰਕੀਆਂ ਚੁੱਕ ਲਈਆਂ ਤੇ ਛਾੜ ਕੇ ਦੂਜੀਆਂ ਰੋਟੀਆਂ ਨਾਲ ਉਸੇ ਮੈਲੇ ਪੋਨੇ ਚ ਪੋਨੇ ਚ ਲਪੇਟ ਕੇ ਆਪਣੇ ਕੋਲ ਰੱਖ ਲਈਆਂ ਪਤਾ ਨਹੀਂ ਕਿੰਨੇ ਦਿਨ ਭੁੱਖਾ ਰਹਿਣਾ ਪਏ ਰੋਟੀ ਖਾ ਕੇ ਮੈਂ ਫੇਰ ਪਾਣੀ ਪੀਤਾ ਫੇਰ ਵਿੜੇ ਚੋਂ ਘਰ ਦੀ ਦਹਲੀਜ਼ ਤੱਕ ਆਇਆ ਦਾਦਾ ਜੀ ਦੀ ਲਾਸਟ ਨੂੰ ਲੰਘ ਕੇ ਬਾਹਰ ਆਇਆ ਤੇ ਖੇਤਾਂ ਵੱਲ ਤੁਰ ਪਿਆ ਅਚਾਨਕ ਪਿੱਛੇ ਖੜਾਕ ਜਿਹਾ ਮਹਿਸੂਸ ਹੋਇਆ ਮੈਂ ਘਬਰਾ ਕੇ ਪਿੱਛਾਂ ਭੌਂ ਕੇ ਪਿੱਛੇ ਵੱਲ ਦੇਖਿਆ ਰੂਮੀ ਮੇਰੇ ਪਿੱਛੇ ਪਿੱਛੇ ਆ ਰਹੀ ਸੀ ਤੂੰ ਕਿੱਥੇ ਜਾਏਂਗੀ ਕੁੱਤੀਏ ਤੂੰ ਕੁੱਤੀ ਏ ਤੈਨੂੰ ਕੋਈ ਡਰ ਨਹੀਂ ਤੂੰ ਇਨਸਾਨ ਥੋੜਾ ਹੀ ਐ ਤੇ ਤੈਨੂੰ ਆਪਣੀ ਜਾਨ ਦਾ ਡਰ ਹੋਏ ਇਹ ਤਾਂ ਸਭ ਸભ્યਤਾ ਦੀਆਂ ਗੱਲਾਂ ਨੇ ਵੱਡੇ ਧਰਮ ਤੇ ਨੈਤਿਕਤਾ ਦੇ ਝਗੜੇ ਨੇ ਇਹ ਤਲਵਾਰ ਤਾਂ ਬੜੇ ਉੱਚਿਆ ਦਰਸ਼ਨ ਦੇ ਸਮਰਥਨ ਚ ਉੱਠਦੀ ਏ ਇਸ ਤੋਂ ਤੇਰਾ ਗਲ ਨਹੀਂ ਲਾਇਆ ਜਾਣਾ ਤੂੰ ਖੁਸ਼ ਨਸੀਬ ਹੈ ਕਿ ਤੂੰ ਅਸਬੇ ਆਏ ਜ਼ਾਹ ਲੇ ਧਰਮ ਹੀ ਨੇ ਤੂੰ ਖੁਸ਼ਕਿਸਮਤ ਹੈ ਕਿ ਤਨਵੇ ਨਹੀਂ ਪਤਾ ਕਿ ਧਰਮ ਕੀ ਹੈ ਤੂੰ ਕਦੀ ਸੰਧਿਆ ਨਹੀਂ ਕੀਤੀ ਕਦੀ ਪੰਜ ਵੇਲੇ ਨਮਾਜ਼ ਨਹੀਂ ਪੜੀ ਤੂੰ ਕਦੀ ਕਿਸੇ ਗਿਰਜੇ ਮਸਜਿਦ ਚ ਨਹੀਂ ਗਈ ਤੂੰ ਕਦੀ ਆਜ਼ਾਦੀ ਦਾ ਮਤਲਬ ਨਹੀਂ ਸਮਝਿਆ ਕਦੀ ਕਿਸੇ ਰਾਜਨੀਤਿਕ ਲੀਡਰ ਦਾ ਲੈਕਚਰ ਨਹੀਂ ਸੁਣਿਆ ਤੂੰ ਖੁਸ਼ ਨਸੀਬ ਹੈ ਤੂੰ ਕੁੱਤੀ ਹੈ ਇਨਸਾਨ ਨਹੀਂ ਭੱਜਾ ਮੇਰੇ ਪਿੱਛੇ ਨਾ ਕਿਉਂਕਿ ਮੈਂ ਇੱਕ ਇਨਸਾਨ ਹਾਂ ਤੇ ਆਪਣੀ ਜਾਨ ਬਚਾਉਣ ਲਈ ਦੂਜੇ ਇਨਸਾਨਾਂ ਤੋਂ ਭੱਜ ਰਿਹਾ ਭੱਜ ਜਾ ਤੇ ਚਲੀ ਜਾ ਵਾਪਸ ਆਪਣੇ ਪਿੰਡ 'ਚ ਜਿੱਥੇ ਮੈਂ ਰਹਿੰਦਾ ਸੀ ਤੇ ਜਿੱਥੇ ਤੂੰ ਰਹਿੰਦੀ ਸੀ ਜਿੱਥੇ ਮੈਂ ਪੈਦਾ ਹੋਇਆ ਤੇ ਤੂੰ ਪੈਦਾ ਹੋਈ ਜਿੱਥੋਂ ਤੈਨੂੰ ਜਿੱਥੋਂ ਮੈਨੂੰ ਕੱਢ ਦਿੱਤਾ ਗਿਆ ਪਰ ਤੈਨੂੰ ਕੋਈ ਹੱਥ ਨਹੀਂ ਲਾਏਗਾ ਕਿਉਂਕਿ ਤੂੰ ਇੱਕ ਕੁੱਤੀ ਐ ਇਨਸਾਨ ਨਹੀਂ ਚਲੀ ਜਾ ਉਸ ਘਰ 'ਚ ਉਹ ਘਰ ਸਦਾ ਇਸੇ ਤਰ੍ਹਾਂ ਵੀ ਰਾਂਤ ਤੇ ਬਰਬਾਦ ਨਹੀਂ ਰਹੇਗਾ ਕੋਈ ਆਏਗਾ ਉਸ ਘਰ 'ਚ ਕੋਈ ਤਾਂ ਇਸ ਹੁੱਕੇ ਦੀ ਨੜੀ ਨੂੰ ਚੁੱਕੇਗਾ ਤੇ ਉਹਨੂੰ ਪਰਨੇ ਨਾਲ ਝਾੜ ਪੂਨ ਬੁੱਲਾ ਨੂੰ ਲਾਏਗਾ ਤੇ ਫਰਸ਼ੀ 'ਚ ਤਾਜ਼ਾ ਪਾਣੀ ਪਾ ਕੇ ਚਿਲਮੇ Đਟੀ ਤੇ ਤਮਾਕੂ ਜਚਾ ਕੇ ਅੰਗਿਆਰ ਰੱਖੇਗਾ ਤੇ ਉਸ ਤਖਤ ਪੋਛ ਤੇ ਬੈਠ ਕੇ ਹੁੱਕਾ ਪੀਏਗਾ ਉਸ ਰੇਸ਼ਮੀ ਅੱਡੇ ਤੇ ਫਿਰ ਕਿਸੇ ਸ਼ਰਮੀਲੀ ਤੇ ਭੋਲੀ ਬਹੂ ਦੀਆਂ ਮਹਿੰਦੀ ਰੰਗੀਆਂ ਉਂਗਲਾਂ ਘੁੰਮਣਗੀਆਂ ਤੇ ਉਮੀਦ ਦੇ ਛਾਵਾਂ ਦੀ ਉਹੀ ਤਸਵੀਰ ਬਣੇਗੀ ਜਿਹੜੀ ਮੇਰੇ ਛੋਟੇ ਭਰਾ ਦੀ ਲਾੜੀ ਨੇ ਅਧੂਰੀ ਛੱਡ ਦਿੱਤੀ ਸੀ ਉਹ ਘਰ ਫੇਰ ਚੱਕੇਗਾ ਤੰਦੂਰ ਚੱਗ ਪਾਈ ਜਾਏਗੀ ਛਕੂਆਂ ਤੋਂ ਗਰਮ-ਗਰਮ ਰੋਟੀਆਂ ਦੀ ਸੋਹੰਦੀ ਸੁਗੰਧ ਆਏਗੀ ਤੇ ਲੋਕੀ ਦੀ ਹਰੀ-ਭਰੀ ਵੇਲ ਨਾਲ ਟਕਿਆ ਹੋਇਆ ਵੇੜਾ ਕੁਆਰੀਆਂ ਦੇ ਜੀਵਨ ਗੀਤਾ ਨਾਲ ਗੂੰਜ ਉੱਠੇਗਾ ਤੇ ਕੋਈ ਸਾਈਦਾ ਤੇ ਕੋਈ ਜਮੀਲਾ ਕਿੱਕਲੀ ਪੌਂਦੀ ਹੋਈ ਕਹੇਗੀ ਤੇ ਠਾਕਾ ਮਾਰ ਕੇ ਹੱਸ ਪੈਗੀ ਕਿ ਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੂੰਜਵਾਈ ਦਾ ਹਾਂ ਨਵੀਂ ਜ਼ਿੰਦਗੀ ਆਏਗੀ ਤੇ ਪੁਰਾਣੀ ਪੁਰਾਣੇ ਜ਼ੁਲਮ ਤੋੜ ਦੇਗੀ ਇਸ ਲਈ ਤੂੰ ਵਾਪਸ ਚਲੀ ਜਾ ਰੂਮੀ ਪਰ ਰੂਮੀ ਵਾਪਸ ਨਹੀਂ ਗਈ ਉਹ ਮੇਰੇ ਪਿੱਛੇ ਪਿੱਛੇ ਆ ਰਹੀ ਸੀ ਨੀਵੀਂ ਪਾਈ ਕੰਨ ਲਮਕਾਈ ਪਾਗਲ ਮੂਰਖ ਕੁ